ਨੌਵੇਂ ਮਿੱਤਰੋ, ਬੜਾ ਸਵਾਗਤ ਹੈ ਤੁਹਾਡਾ। ਇੱਕ ਵਾਰੀ ਫੇਰ ਜੁੜੇ ਹਾਂ ਤੁਹਾਡੇ ਨਾਲ ਅਤੇ ਗੱਲ ਕਰਨ ਲੱਗੇ ਹਾਂ ਬਾਈ ਅਮਰ ਸਿੰਘ ਚਮਕੀਲਾ ਦੀ, ਕਿਉਂਕਿ ਤੁਸੀਂ ਜਾਣਦੇ ਹਾਂ ਕਿ 12 ਅਪ੍ਰੈਲ ਨੂੰ ਬਾਈ ਅਮਰ ਸਿੰਘ ਚਮਕੀਲਾ ਦੀ ਮੂਵੀ ਆ ਰਹੀ ਹੈ, ਨੈੱਟਫਲਿਕਸ 'ਤੇ ਰਿਲੀਜ਼ ਹੋ ਰਹੀ ਹੈ, ਅਤੇ ਦੁਨੀਆ ਭਰ ਅੰਦਰ ਜਿੱਥੇ ਜਿੱਥੇ ਵੀ ਚਮਕੀਲਾ ਜੀ ਦੇ ਚਾਹੁਣ ਵਾਲੇ ਬੈਠੇ ਹੋਏ ਇਸ ਮੂਵੀ ਦਾ ਆਨੰਦ ਮਾਣ ਲੈਣਗੇ। ਸੋ ਅੱਜ ਆਪਾਂ ਗੱਲ ਕਰਨੀ ਆ ਕਿ ਬਾਈ ਚਮਕੀਲਾ ਜਿਹੜਾ 8 ਮਾਰਚ 1988 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸੀਗਾ, ਬਾਈ ਚਮਕੀਲੇ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਬਹੁਤ ਲੋਕਾਂ ਨੇ ਕਿਹਾ ਕਿ ਚਮਕੀਲੇ ਦੀ ਚੜ੍ਹਾਈ ਦੇ ਵਿੱਚ ਇਸ ਬੰਦੇ ਦਾ ਹੱਥ ਆ, ਜਾਂ ਫਲਾਣੇ ਨੇ ਚਮਕੀਲੇ ਨੂੰ ਉਚਾਈਆਂ 'ਤੇ ਲਿਜਾਉਣ ਦੇ ਲਈ ਸਟਰਗਲ ਦੇ ਵਿੱਚ ਚਮਕੀਲੇ ਦਾ ਸਾਥ ਦਿੱਤਾ, ਜਾਂ ਚਮਕੀਲੇ ਨੂੰ ਸਿਖਾਇਆ ਕਿਸ ਨੇ ਆ, ਜਾਂ ਕਿਹੜਾ ਉਹਦਾ ਗੁਰੂ ਆ, ਜਾਂ ਕੀ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਤੁਸੀਂ ਬੀਤੇ ਕਈ ਦਿਨਾਂ ਤੋਂ ਬਾਈ ਅਮਰ ਸਿੰਘ ਚਮਕੀਲੇ ਦੇ ਬਾਰੇ ਸੁਣ ਰਹੇ ਹੋ, ਕਿਉਂਕਿ ਮੂਵੀ ਆ ਰਹੀ ਆ ਬਾਈ ਅਮਰ ਸਿੰਘ ਚਮਕੀਲਾ ਦੀ, ਅਤੇ ਚਮਕੀਲਾ ਸਾਹਿਬ ਬਾਰੇ ਹਰ ਛੋਟੀ ਤੋਂ ਵੱਡੀ ਜਾਣਕਾਰੀ ਜਿਹੜੀ ਆ ਉਹ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਆ। ਸੋ ਅੱਜ ਅਸੀਂ ਬਾਈ ਚਮਕੀਲਾ ਦੇ ਇੱਕ ਪੱਖ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਚਮਕੀਲਾ ਸਾਹਿਬ ਦੀ ਚੜ੍ਹਾਈ ਆ ਕਿਤੇ ਉਹੀ ਉਹਨਾਂ ਦੀ ਮੌਤ ਦਾ ਕਾਰਨ ਤਾਂ ਨਹੀਂ ਬਣੀ। ਬੇਸ਼ੱਕ 8 ਮਾਰਚ 1988 ਨੂੰ, ਅੱਜ ਤੋਂ 36 ਸਾਲ ਪਹਿਲਾਂ, ਫਲੋਰ ਲਾਗਲੇ ਇੱਕ ਪਿੰਡ ਮਹਿਸਮਪੁਰ ਵਿਖੇ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਦੇ ਨਾਲ ਉਹਨਾਂ ਦੇ ਦੋ ਸਾਜੀਆਂ ਦੀ ਵੀ ਜਾਨ ਚਲੇ ਜਾਂਦੀ ਆ। ਪਰ 36 ਸਾਲ ਬੀਤਣ ਦੇ ਬਾਵਜੂਦ ਵੀ ਇਹ ਗੱਲ ਜਿਹੜੀ ਆ, ਬਹੁਤ ਸਾਰੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੇ ਅਕਸਰ ਇਹ ਗੱਲ ਨੂੰ ਰਿਪੀਟ ਵੀ ਕੀਤਾ ਆ ਕਿ ਚਮਕੀਲੇ ਬਾਈ ਦੀ ਚੜ੍ਹਾਈ ਕਿਤੇ ਉਹਦੀ ਮੌਤ ਦਾ ਕਾਰਨ ਤਾਂ ਨਹੀਂ ਸੀ। ਕਿਉਂਕਿ ਜਿਸ ਵੇਲੇ ਬਾਈ ਅਮਰ ਸਿੰਘ ਚਮਕੀਲਾ ਗਾਇਕੀ ਦੇ ਪੂਰੇ ਜੋਬਨ 'ਤੇ ਚੱਲ ਰਿਹਾ ਸੀ ਤਾਂ ਵੱਡੇ ਵੱਡੇ ਫਨਕਾਰਾਂ ਦੇ ਬੋਰਡ ਉੱਤਰ ਗਏ ਸੀ। ਬੇਸ਼ੱਕ ਉਹਦੇ ਵਿੱਚ ਕੋਈ ਆਪਣੇ ਆਪ ਨੂੰ ਚਮਕੀਲੇ ਦਾ ਗੁਰੂ ਦੱਸੇ, ਆਪਣੇ ਆਪ ਨੂੰ ਚਮਕੀਲੇ ਦਾ ਸਮਕਾਲੀ ਦੱਸੇ, ਆਪਣੇ ਆਪ ਨੂੰ ਚਮਕੀਲੇ ਦਾ ਯਾਰ ਦੱਸੇ, ਪਰ ਇਹ ਉਸ ਸਮੇਂ ਦੇ ਲੋਕ ਜਿਹੜੇ ਆ ਜਾਣਦੇ ਆ ਕਿ ਚਮਕੀਲੇ ਦੀ ਚੜ੍ਹਾਈ ਨੇ ਉਸ ਵੇਲੇ ਦੇ ਵੱਡੇ ਵੱਡੇ ਫਨਕਾਰਾਂ ਦੇ ਜਿਹੜੇ ਬੋਰਡ ਸੀ ਨਾ ਉਹ ਵੀ ਮੁੱਦੇ ਮਾਰ ਦਿੱਤੇ ਸੀ। ਕਿਉਂਕਿ ਐਡੀ ਚੜ੍ਹਾਈ ਦੇ ਵਿੱਚ ਇੱਕੋ ਹੀ ਨਾਂ ਦੇਸ਼ ਦੁਨੀਆ ਦੇ ਅੰਦਰ ਗੂੰਜ ਰਿਹਾ ਸੀ, ਅਮਰ ਸਿੰਘ ਚਮਕੀਲਾ, ਅਮਰ ਸਿੰਘ ਚਮਕੀਲਾ ਅਤੇ ਅਮਰ ਸਿੰਘ ਚਮਕੀਲਾ। ਸੋ ਦੋਸਤੋ, ਇੱਦਾਂ ਲੱਗਦਾ ਕਿ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਚੜ੍ਹਾਈ ਸੀਗੀ ਉਹ ਵੱਡਾ ਰੋੜਾ ਸੀ ਉਸ ਸਮੇਂ ਦੇ ਸਮਕਾਲੀਆਂ ਦੇ ਲਈ। ਕਿਉਂਕਿ ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਉੱਠ ਕੇ, ਛੋਟੇ ਜਿਹੇ ਪਿੰਡ 'ਚੋਂ ਉੱਠ ਕੇ ਬਾਈ ਅਮਰ ਸਿੰਘ ਚਮਕੀਲਾ ਨੇ ਗਾਇਕੀ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ। ਬਾਈ ਅਮਰ ਸਿੰਘ ਚਮਕੀਲਾ ਜਿਹੜਾ ਦਲਿਤ ਰਵਿਦਾਸੀਆ ਸਮਾਜ ਦੇ ਵਿੱਚ ਪੈਦਾ ਹੋਇਆ ਦੁੱਗਰੀ 'ਚ, ਉਸ ਸਮੇਂ ਦੌਰਾਨ ਬਾਈ ਅਮਰ ਸਿੰਘ ਚਮਕੀਲਾ ਨੇ ਅਜਿਹੇ ਮੀਲ ਪੱਥਰ ਸਥਾਪਿਤ ਕਰ ਦਿੱਤੇ ਕਿ ਉਹਨਾਂ ਨੂੰ ਸਰ ਕਰਨਾ ਅਸੰਭਵ ਜਾਪਣ ਲੱਗ ਪਿਆ, ਅਤੇ ਇੱਕੋ ਹੀ ਆਵਾਜ਼ ਪੰਜਾਬ, ਪੰਜਾਬ ਤੋਂ ਬਾਹਰ ਅਤੇ ਦੇਸ਼ ਤੋਂ ਬਾਹਰ ਇੱਕੋ ਹੀ ਆਵਾਜ਼ ਸੀ ਬਾਈ ਅਮਰ ਸਿੰਘ ਚਮਕੀਲਾ। ਇੱਕ ਦਿਨ ਦੇ ਵਿੱਚ ਦੋ ਦੋ ਅਖਾੜੇ ਲਾਉਣੇ, ਸਾਲ ਸਾਲ ਪਹਿਲਾਂ ਦੀਆਂ ਡੇਟਾਂ ਦਾ ਬੁੱਕ ਹੋ ਜਾਣਾ, ਅਤੇ ਦੂਸਰੇ ਫਨਕਾਰਾਂ ਦਾ ਕਿਸੇ ਦੇ ਮੂੰਹ 'ਤੇ ਨਾਮ ਬਿਨਾਂ ਆਉਣਾ, ਇਹ ਇੱਕ ਵੱਡਾ ਕਾਰਨ ਜਾਪਦਾ ਬਾਈ ਅਮਰ ਸਿੰਘ ਚਮਕੀਲੇ ਦੀ ਮੌਤ ਦਾ। ਬੇਸ਼ੱਕ ਮਿੱਤਰੋ, ਬਾਈ ਅਮਰ ਸਿੰਘ ਚਮਕੀਲਾ 'ਤੇ ਇਹ ਇਲਜ਼ਾਮ ਲੱਗਦੇ ਰਹੇ ਆ ਕਿ ਬਾਈ ਅਮਰ ਸਿੰਘ ਚਮਕੀਲਾ ਨੇ ਲੱਚਰਤਾ ਨੂੰ ਪਾਇਆ, ਪਰ ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਜਾਂ ਉਸ ਸਮੇਂ ਦੀ ਵੀ ਗੱਲ ਕਰੀਏ
ਬਹੁਤ ਸਾਰੇ ਕਲਾਕਾਰ ਸੀ ਉਸ ਸਮੇਂ ਦੌਰਾਨ ਵੀ ਜਿਹੜੇ ਬਾਈ ਅਮਰ ਸਿੰਘ ਚਮਕੀਲਾ ਤੋਂ ਵੀ 4 ਕਦਮ ਅੱਗੇ ਜਾ ਕੇ ਅਜਿਹੇ ਗੀਤ ਗਾਉਂਦੇ ਸੀ, ਪਰ ਉਸ ਦੌਰ ਦੇ ਅੰਦਰ ਟਾਰਗੇਟ ਕੀਤਾ ਗਿਆ ਬਾਈ ਅਮਰ ਸਿੰਘ ਚਮਕੀਲਾ। ਕੀ ਅੱਜ ਵੀ ਕੋਈ ਸਾਨੀ ਹੈ ਬਾਈ ਚਮਕੀਲੇ ਦੇ ਧਾਰਮਿਕ ਗੀਤਾਂ ਦਾ? ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਨੂੰ ਜਿਸ ਵਕਤ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ, ਉਸ ਤੋਂ ਪਹਿਲਾਂ ਬਾਈ ਅਮਰ ਸਿੰਘ ਚਮਕੀਲਾ ਨੇ ਕਈ ਜਿਹੜੀਆਂ ਗੱਲਾਂ ਸੀਗੀਆਂ ਉਹ ਅਲੱਗ ਅਲੱਗ ਆਗੂਆਂ ਦੇ ਨਾਲ ਉਹਨਾਂ ਦੇ ਵਿਚਾਰ ਵਟਾਂਦਰੇ ਹੋਏ। ਕੁਛ ਗੀਤਾਂ 'ਤੇ ਉਹਨਾਂ ਨੇ ਮਤਲਬ ਚੇਂਜ ਵੀ ਆਪਣੇ ਮਾਇੰਡ ਨੂੰ ਕੀਤਾ ਕਿ ਉਹ ਇਸ ਤਰ੍ਹਾਂ ਨਹੀਂ, ਉਹ ਇਸ ਤਰ੍ਹਾਂ ਦੀ ਗਾਇਕੀ ਨੂੰ ਪੇਸ਼ ਕਰਨਗੇ। ਬਾਈ ਚਮਕੀਲੇ ਵੱਲੋਂ ਧਾਰਮਿਕ ਗੀਤਾਂ ਦੀਆਂ ਟੇਪਾਂ ਲਗਾਤਾਰ ਮਾਰਕੀਟ ਦੇ ਵਿੱਚ ਆ ਰਹੀਆਂ ਸੀ। ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੁਆਰੇ, ਅਜਿਹੇ ਬਹੁਤ ਸਾਰੇ ਗੀਤ, ਤਾਰਿਆਂ ਦੀ ਲੋਏ ਲੋਏ, ਮਤਲਬ ਅਜਿਹੇ ਬਹੁਤ ਸਾਰੇ ਧਾਰਮਿਕ ਗੀਤ ਬਾਈ ਅਮਰ ਸਿੰਘ ਚਮਕੀਲਾ ਨੇ ਆਪਣੀ ਆਵਾਜ਼ 'ਚ ਆਪਣੀ ਚਾਹੁਣ ਵਾਲਿਆਂ ਦੀ ਕਚਹਿਰੀ ਪੇਸ਼ ਕੀਤੇ, ਜਿਨ੍ਹਾਂ ਦਾ ਅੱਜ ਤੱਕ ਕੋਈ ਸਾਨੀ ਨਹੀਂ ਹੈਗਾ। ਗੁਰੂ ਰਵਿਦਾਸ ਮਹਾਰਾਜ ਦੇ ਜੀਵਨੀ ਨੂੰ ਲੈ ਕੇ ਉਹ ਇੱਕ ਧਾਰਮਿਕ ਟੇਪ ਕਰਨ ਦੀ ਬਿਲਕੁਲ ਤਿਆਰੀ 'ਚ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਬਾਈ ਅਮਰ ਸਿੰਘ ਚਮਕੀਲਾ ਉਸ ਟੇਪ ਨੂੰ ਆਪਣੀ ਆਵਾਜ਼ ਨਾ ਦੇ ਸਕੇ। ਸੋ ਮਿੱਤਰੋ, ਇਹ ਜਿੱਥੇ ਕਈ ਲੋਕਾਂ ਦਾ ਮੰਨਣਾ ਆ, ਉੱਥੇ ਸਾਡਾ ਵੀ ਮੰਨਣਾ ਆ ਕਿ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਚੜ੍ਹਾਈ ਸੀ ਨਾ, ਉਹ ਇੱਕ ਵੱਡਾ ਕਾਰਨ ਬਣੀ ਬਾਈ ਅਮਰ ਸਿੰਘ ਚਮਕੀਲਾ ਦੀ ਮੌਤ ਦੀ। ਸੋ ਵੀ ਮਿੱਤਰੋ, ਇਹ ਹੀ ਜਿਹੜੀ ਇੱਕ ਵੱਡੀ ਚੁਣੌਤੀ ਬਾਈ ਅਮਰ ਸਿੰਘ ਚਮਕੀਲਾ ਬਣ ਚੁੱਕੇ ਸੀ ਸਭ ਦੇ ਲਈ, ਵੱਡੇ ਵੱਡੇ ਫਨਕਾਰਾਂ ਦੇ ਲਈ। ਬੇਸ਼ੱਕ ਕਿਸੇ ਤਰ੍ਹਾਂ ਦੀਆਂ ਵੀ ਕਿਆਸਰਾਈਆਂ ਬਾਈ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਲਗਾਈਆਂ ਜਾਂਦੀਆਂ ਹੋਣ, ਪਰ ਜਿਹੜੀ ਬਾਈ ਅਮਰ ਸਿੰਘ ਚਮਕੀਲੇ ਦੀ ਚੜ੍ਹਾਈ ਸੀਗੀ, ਉਸਨੇ ਸਾਬਤ ਕਰ ਦਿੱਤਾ ਸੀ ਕਿ ਇੱਕੋ ਹੀ ਨਾਂ ਗੂੰਜ ਰਿਹਾ ਮਿਊਜ਼ਿਕ ਦੀ ਦੁਨੀਆ ਦੇ ਵਿੱਚ, ਅਤੇ ਉਹ ਸੀ ਚਮਕੀਲਾ। ਕਿਉਂਕਿ ਬਾਈ ਚਮਕੀਲੇ ਨੇ ਅਜਿਹੀਆਂ ਧਾਰਮਿਕ ਕੈਸਟਾਂ ਤੁਹਾਡੇ ਅਤੇ ਸਾਡੇ ਸਨਮੁਖ ਕੀਤੀਆਂ ਜਿਹੜੀਆਂ ਅੱਜ ਵੀ ਹਰ ਘਰ ਦਾ ਸ਼ਿੰਗਾਰ ਬਣਦੀਆਂ। ਜਦੋਂ ਵੀ ਕਿਤੇ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਬਾਈ ਅਮਰ ਸਿੰਘ ਚਮਕੀਲੇ ਦੇ ਗੀਤ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੁਆਰੇ, ਮਤਲਬ ਅਜਿਹੇ ਗੀਤ ਬਾਈ ਚਮਕੀਲਾ ਨੇ ਲਿਖ ਦਿੱਤੇ ਜਿਹੜਾ ਅੱਜ ਤੱਕ ਕੋਈ ਸਾਨੀ ਨਹੀਂ। ਸੋ ਮਿੱਤਰੋ, ਬੇਸ਼ੱਕ ਜਿਹੜਾ ਮਰਜ਼ੀ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੇ ਬਾਈ ਅਮਰ ਸਿੰਘ ਚਮਕੀਲਾ ਦੀ, ਉਹਦੀ ਮੌਤ ਤੋਂ ਬਾਅਦ ਬੇਸ਼ੱਕ ਕੋਈ ਕਵੇ ਕਿ ਮੈਂ ਬਾਈ ਚਮਕੀਲੇ ਲਈ ਇਹ ਕੀਤਾ ਜਾਂ ਉਸਨੇ ਇਹ ਕੀਤਾ, ਪਰ ਇਹ ਦੁਨੀਆ ਜਾਣਦੀ ਆ ਕਿ ਚਮਕੀਲਾ ਸਾਹਿਬ ਦੇ ਸਟਾਰ ਕੰਮ ਕਰਦੇ ਸੀ, ਇਸੇ ਕਰਕੇ ਉਹ ਗਾਇਕ ਬੁਲੰਦੀਆਂ ਨੂੰ ਛੂ ਰਿਹਾ ਸੀ। ਸੋ ਬਾਈ ਅਮਰ ਸਿੰਘ ਚਮਕੀਲਾ ਦੀ 36ਵੀਂ ਬਰਸੀ ਬੀਤੇ 8 ਮਾਰਚ ਨੂੰ, ਬਾਈ ਅਮਰ ਸਿੰਘ ਚਮਕੀਲਾ ਨੂੰ 36 ਸਾਲ ਹੋ ਗਏ ਇਸ ਦੁਨੀਆ ਤੋਂ ਰੁਖਸਤ ਹੋਇਆ ਨੂੰ, ਅਸੀਂ ਬਾਈ ਚਮਕੀਲਾ ਨੂੰ ਜਿੱਥੇ ਨਮਨ ਕਰਦੇ ਹਾਂ, ਦੁਗਰੀ ਵੀ ਜਾ ਕੇ ਆਏ ਹਾਂ ਜਿੱਥੇ ਨਮਨ ਕਰਦੇ ਹਾਂ ਬਾਈ ਚਮਕੀਲਾ ਨੂੰ, ਉਹਦੀ ਆਵਾਜ਼ ਨੂੰ ਉੱਥੇ ਹੀ ਉਮੀਦ ਕਰਦੇ ਹਾਂ ਕਿ ਇਹ ਆਵਾਜ਼ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਫਜ਼ਾਵਾਂ ਵਿੱਚ ਗੂੰਜਦੀ ਰਹੇਗੀ, ਅਤੇ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਇਸੇ ਤਰ੍ਹਾਂ ਚਮਕੀਲਾ ਜੀ ਨੂੰ ਪਿਆਰ ਕਰਦੇ ਰਹਿਣਗੇ। ਬੇਸ਼ੱਕ ਕੋਈ ਚਮਕੀਲੇ ਜੀ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੇ, ਪਰ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ, ਬਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਸਾਰੀ ਸੱਚਾਈ ਨੂੰ ਭਲੀ ਭਾਂਤ ਜਾਣਦੇ।